चोगाई माल राग का सक संग लाई मारू मस्त अंग में वारा प्रबल चंड का सक उबारा ओ गटे ओ पौरा नंद गाए अष्ट माल का सक संग लाए पुने आयो हिंडोल पंच नार संग अष्ट सुत उठे दान कलो बसंत कमोदा में कहे सवारी आई दीपक की बारी आशेली पट मजली होटी कही अलाप रामो दिया गुजरी संग दीपक के था कालंका कुंतल और रामा कमल कुसम चंपक के नामा गौराओ पुत्र दीपक के जाना सब मिल श्री राघव गावे पांचो संग परंगन लावे बैरारी करनाटी धरी गबरी गावे आसावरी ते पाचे सिंध बिया लापी श्री राग स्यो पांचो थापी सालो सारग साकरा और गोण गंभीर श्री राग के कुंड कुंभ हमीरा आसम मेघ राग में गावे पांचो संग परंगन लावे सोरट गोंड मलाई तुम्ही उन गावे आसा गुन गुने ऊंचे सुर सुहो पुन कीनी मेघ राग से पांचो जीनी बैरा दर गज दर खेंदारा गवली तर नट जल तारा उनका वह शंकर समा श्री गुरु अर्जन देव महाराज जी ने
ਲਾਹੌਰ ਵਿਖੇ ਤੱਤੀਆਂ ਤਲੀਆਂ ਉੱਤੇ ਬੈਠ ਕੇ ਤੱਤੇ ਰਿਸ਼ਤੇ ਸੀਸਾਂ ਵਿੱਚ ਪਵਾ ਕੇ ਉਬਲਦੀਆਂ ਦੇਗਾਂ ਵਿੱਚ ਬੈਠ ਕੇ ਲਸਾਨੀ ਸ਼ਹੀਦੀ ਪ੍ਰਾਪਤ ਕੀਤੀ ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਸਤਿਗੁਰਾਂ ਨੇ ਕੀਤੀ ਹੈ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦੇ ਪ੍ਰਮੁੱਖ ਕਾਰਨਾਂ ਦੇ ਵਿੱਚੋਂ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਉਹਨਾਂ ਨੇ ਸੱਚ ਦੀ ਆਵਾਜ਼ ਬੁਲੰਦ ਕਰਦੇ ਹੋਏ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਦੀ ਰਚਨਾ ਕੀਤੀ ਹੈ। ਉਹਨਾਂ ਤਿੰਨ ਚਾਰ ਹੋਰ ਪ੍ਰਮੁੱਖ ਕਾਰਨ ਜੋ ਕਿ ਧੰਨ ਧੰਨ ਸ਼੍ਰੀ ਗੁਰੂ ਅਰਜਨ ਦਾ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦੇ ਮੰਨੇ ਜਾਂਦੇ ਹਨ, ਜਿਸ ਤਰ੍ਹਾਂ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਸਤਿਗੁਰਾਂ ਨੂੰ ਮੋੜ ਦੇਣਾ, ਜਹਾਂਗੀਰ ਦੇ ਪੁੱਤਰ ਨੂੰ ਖੁਸਰੋ ਨੂੰ ਪਨਾਹ ਦੇਣੀ ਅਤੇ ਜੋ ਪਿਰਥੀਏ ਚੰਦ ਇਹਨਾਂ ਦੇ ਬੇਟੇ ਨੂੰ ਗੁਰਗੱਦੀ ਨਾ ਮਿਲਣ ਦਾ ਵੀ ਕਾਰਨ, ਉਸਦੇ ਪੁੱਤਰ ਮਿਹਰਬਾਨ ਨੂੰ ਗੁਰਗੱਦੀ ਦਾ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ ਉਦੋਂ ਤੋਂ ਹੀ ਈਰਖਾ ਗੁਰੂ ਘਰ ਨਾਲ ਕਰਨੀ ਸ਼ੁਰੂ ਕਰ ਦਿੱਤੀ। ਸੋ ਇਹ ਪ੍ਰਮੁੱਖ ਕਾਰਨ ਹਨ। ਸਭ ਤੋਂ ਵੱਡਾ ਕਾਰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਹੈ, ਜੋ ਉਸ ਸਮੇਂ ਦੇ ਰਾਜ ਨੂੰ ਇਹ ਬਰਦਾਸ਼ਤ ਨਾ ਹੋ ਸਕੀ। ਆਓ ਸਤਿਗੁਰਾਂ ਦੀ ਪਾਵਨ ਸ਼ਹੀਦੀ ਜੋੜ ਮੇਲੇ ਉੱਤੇ ਅਤੇ 1984 ਦੇ ਸਮੁੱਚੇ ਸ਼ਹੀਦਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਸਮੁੱਚੀਆਂ ਸਾਧ ਸੰਗਤਾਂ ਵੱਲੋਂ ਜੋ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਤਿਹਨਾਂ ਦੇ ਭੋਗ ਪਾਏ ਗਏ ਹਨ। ਆਓ ਗੁਰਬਾਣੀ ਦਾ ਸ਼ਬਦ ਉਚਾਰਨ ਕਰਕੇ ਸਾਰੇ ਹੀ ਮਿਲ ਕੇ ਸਤਿਗੁਰਾਂ ਦੀ ਸ਼ਹੀਦੀ ਨੂੰ ਕੋਟਾਂ ਕਰਨਾ ਮੰਗਦੇ ਹਾਂ। ਵਾਹਿਗੁਰੂ ਜੀ ਸੁਰਾ ਸੋ ਪਹਿਚਾਨੀਐ ਜੋ ਨਰ ਦੀਨ ਕੇ ਪੁਰਜਾ ਪੁਰਜਾ ਕਟ ਮਰੈ ਕਭੂ ਨਾ ਛਾਡਖੇ ਤਤ ਵਿਚਾਰ ਜਹਿ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਘਰ ਬਨਾਇਓ ਤੇਰਾ ਕੀਆ ਮਿਠਾ ਲਾਗੈ ਹਰ ਨਾਮ ਪਦਾਰਥ ਨਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆਰਾ ਜੋਤੀ ਜੋਤ ਰਲੇ ਸੰਪੂਰਨ ਥਿਆਰਾ ਅਨਜ ਗੁਣ ਨਿਧਾਨ ਧਨ ਗੁਰੂ ਗਰੀਬ ਨਿਵਾਜੇ ਵਿੱਚ ਅਗਨੀ ਆਪ ਜਲਾਈ ਵਿੱਚ ਅਗਨੀ ਆਪ ਜਲਾਈ ਵਿੱਚ ਅਗਨੀ ਆਪ ਜਲਾਈ ਤਨ ਮਨ ਕਾਟ ਕਾਟ ਸਭ ਅਰਬੀ ਤਨ ਮਨ ਕਾਟ ਕਾਟ ਸਭ
ਤੇ
सेवा की गई है। गुरबाणी के प्रभाव से संगतान ने हाजरियां भरिया हैं। धन धन श्री गुरु अर्जन देव महाराज सतगुरु जी समुचिया साध संगत सिर पर मेहरा भरया हाथ रखन, संगतान चढ़ती कला तंदुरुस्ती खुशियां खेड़े कोशिश कर। आओ सतगुरों के चरणों में सारे मिल के अरदास करिए। सतगुरु जी कृपा रहम करन सबना गुरबाणी नितनेम दियां दातां ਅਤੇ ਸਮੁੱਚੇ ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ ਵਿੱਚ ਸਤਿਗੁਰੂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਗੁਰਬਾਣੀ ਨਿਤਨੇਮ ਨਾਲ ਜੋੜਨ। ਆਓ ਸਾਰੇ ਮਿਲ ਕੇ ਆਨੰਦ ਸਾਹਿਬ ਜੀ ਦੇ ਜਾਪ ਨਾਲ ਜੁੜੀਏ। ਰਾਮ ਕਲੀ ਮਹਲਾ ਤੀਜਾ ਆਨੰਦ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਦਇਆ ਮੇ ਦੁਹਾਏ ਸਤਿਗੁਰੂ ਮਨ ਸਤਿਗੁਰ ਦਾ ਉਪਾਇ ਨਾਮ ਹਰ ਕੈ ਗਾਗੇ ਹੈ ਨਾਨਕ ਰਾਮ।
ਮਾਨਨੀ
ਮਹਾਂਮਾਤੂਚੀ ਮਤ ਦਾ ਰਾਖਾ ਪਵਾਏ ਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਊਟਿਆਂ ਦੀ ਊਟ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਅਰਦਾਸ ਬੇਨਤੀ ਜੋਦੜੀ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇ ਪੁਰਜਾ ਪੁਰਜਾ ਕਟ ਮਰੈ ਕਹੂ ਨਾ ਸਾਡੈ ਕੇ ਤਤ ਵਿਚਾਰ ਜਹੇ ਮਥੁਰਾ ਜਗ ਧਾਰਨ ਕੋ ਅਵਤਾਰ ਬਨਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀਓ ਆਪ ਜੀ ਦਾ ਪਾਵਨ ਸ਼ਹੀਦੀ ਪੁਰਬ ਸਾਰੇ ਸੰਸਾਰ ਦੇ ਅੰਦਰ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਨਾਲ ਫਕਰ ਨਾਲ ਮਨਾ ਰਹੀਆਂ ਹਨ ਆਪ ਜੀ ਦੀ ਸਮੁੱਚੀ ਸਾਹ ਸੰਗਤਾਂ ਵੱਲੋਂ ਸਤਿਗੁਰੂ ਜੀਓ ਆਪ ਜੀ ਦੇ ਪਾਵਨ ਸ਼ਹੀਦੀ ਨੂੰ ਕੋਟਾਨ ਕੋਟ ਪ੍ਰਣਾਮ ਆਖਦੇ ਹੋਏ ਅਤੇ 1984 ਦੇ ਸਮੁੱਚੇ ਸ਼ਹੀਦਾਂ ਸਿੰਘਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਸਤਿਗੁਰੂ ਜੀ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਆਪ ਜੀ ਦੀ ਕਿਰਪਾ ਸਦਕਾ ਸੰਪੂਰਨ ਗੁਰਬਾਣੀ ਦੇ ਭੋਗ ਪਾਏ ਗਏ ਉਪਰੰਤ ਸ਼ਬਦ ਚੌਂਕੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਸਤਿਗੁਰ ਜੀ ਤਿੰਨੇ ਹੀ ਦਿਨ ਗੁਰਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੇ ਹਜ਼ੂਰ ਸੇਵਾ ਨਿਭਾਉਂਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨੀ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਕਿਰਪਾ ਕਰਨੀ ਸਤਿਗੁਰੂ ਜੀ ਸਮੁੱਚੀ ਗੁਰਬਾਣੀ ਦਾ ਭਾਵ ਦਾਰਾਈ ਸਾਧ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਵਣਾ ਜੀ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪੈਟਾਵਾਂ ਦਰ ਪ੍ਰਵਾਨ ਕਰਨੀਆਂ ਸੰਗਤਾਂ ਨੂੰ ਦਰੋ ਘਰੋ ਨਾਮਦਾਨ ਗੁਰਸਿੱਖੀ ਜੀਵਨ ਗੁਰਬਾਣੀ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਮੂਹ ਸਾਧ ਸੰਗਤਾਂ ਦੇ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਚੜ੍ਹਦੀ ਕਲਾ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਸਭਨਾ ਦੇ ਸ਼ੁਭ ਮਨੋਰਥ ਪੂਰੇ ਕਰਨੇ ਕਾਰਜ ਰਾਸ ਕਰਨੇ ਜੀਓ ਸਤਿਗੁਰੂ ਜੀਓ ਸਮੁੱਚੀਆਂ ਸਾਧ ਸੰਗਤਾਂ ਵੱਲੋਂ ਤਿੰਨੇ ਹੀ ਦਿਨ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਗੁਰਬਾਣੀ ਦੇ ਪ੍ਰਵਾਹ ਵਿੱਚ ਸੇਵਾਵਾਂ ਨਿਭਾਈਆਂ ਹਨ ਸਮੂਹ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਸਤਿਗੁਰੂ ਜੀਓ ਸੇਵਾਵਾਂ ਥਾਏ ਪਾਉਣੀਆਂ ਜੀ ਸੰਗਤਾਂ ਨੂੰ ਹੋਰ ਸ਼ੁੱਧ ਤੇ ਸਪਸ਼ਟ ਗੁਰਬਾਣੀ ਉਚਾਰਨ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀਓ ਸਮੁੱਚੀਆਂ ਸਾਧ ਸੰਗਤਾਂ ਵੱਲੋਂ ਅਤੇ ਬੀਬੀ ਭੁਪਿੰਦਰ ਕੌਰ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਪੰਚਾ ਅੰਮ੍ਰਿਤ ਕੜਾਹ ਪ੍ਰਸ਼ਾਦੀ ਦੇ ਗਾਜਰਾ ਪ੍ਰਵਾਨ ਹੋਵੇ ਜੀ ਸੰਗਤਾਂ ਵਿੱਚ ਵਰਤੇ ਜੋ ਜੀਵ ਛਕੇ ਸੋ ਆਪ ਜੀ ਦਾ ਪਾਵਨ ਪਵਿੱਤਰ ਵਾਹਿਗੁਰੂ ਨਾਮ ਜਪਣ ਜੀ ਸਮੁੱਚੀਆਂ ਸਾਧ ਸੰਗਤਾਂ ਵੱਲੋਂ ਅਤੇ ਬਾਪੂ ਜਵੈਰ ਸਿੰਘ ਜੀ ਦੇ ਸਮੁੱਚੇ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਸੁੰਦਰ ਪਛਾਕੇ ਬਣਾਏ ਗਏ ਸੇਵਕਾਂ ਦੇ ਲੋਕ ਸੁਖੀਏ ਪਰ ਲੋਕ ਸੁਹੇਲੇ ਪੜਦੇ ਕੱਜਣੇ ਜੀ ਸਤਿਗੁਰੂ ਜੀ ਸਾਰੇ ਸੰਸਾਰ ਦੀ ਸੁੱਖ ਮੰਗਦੇ ਹਾਂ ਸਰਬੱਤ ਦਾ ਭਲਾ ਕਰਨਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਮੁੱਚੇ ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਸ਼ਹੀਦਾਂ ਸਿੰਘਾਂ ਦੇ ਸੁਪਨੇ ਸਾਕਾਰਨ ਕਰਨੇ ਜੀ ਕੌਮ ਦੇ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਰੋ ਕਿਰਪਾ ਸਤਿਗੁਰੂ ਜੀ ਪਾਵਨ ਪਵਿੱਤਰ
ਅਲਾਹੀ ਹੁਕਮਨਾਮੇ ਦੀ ਅਸੀਸ ਬਖਸ਼ਿਸ਼ ਕਰ ਸੰਗਤਾਂ ਨੂੰ ਨਿਹਾਲੋ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਸਿੱਧਿਆ ਵੈ ਨਾਨਕ ਨਾਮ ਤੇਰੇ ਭਾਣੇ ਸਰਬੰਦ ਦਾ ਵਾਹਿਗੁਰੂ ਜੀ ਕਾ ਖਾਲਸਾ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਰਾਜ ਕਰੇਗਾ ਖਾਲਸਾ ਵਾਹਿਗੁਰੂ ਨਾਮ ਜਹਾਜ ਹੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਨ ਨਾ ਕੀ ਜੈ ਸੋ ਕਹੋ ਟਲ ਗੁਰ ਸੇਵੀਐ ਸਹਿਜ ਦਰਸ਼ਨ ਬਰਸਿਐ ਗੁਰੂ ਕੈ ਜਨਮ ਮਰਨ ਦੁਖ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੂਹੀ ਮਹੱਲਾ ਪੰਜਵਾ ਸਗਲ ਤਿਆਗ ਗੁਰ ਸ਼ਰਣੀ ਆਇਆ ਰਾਖੋ ਰਾਖ ਨਿਹਾਰੇ ਜਿਤ ਤੂੰ ਲਾਵੈ ਤਿਤ ਹਮ ਲਾਗੈ ਕਿਆ ਇਹ ਜੰਤ ਵਿਚਾਰੇ ਸਗਲ ਤਿਆਗ ਗੁਰ ਸ਼ਰਣੀ ਆਇਆ ਰਾਖੋ ਰਾਖ ਨਿਹਾਰੇ ਜਿਤ ਤੂੰ ਲਾਵੈ ਤਾਮ ਲਾਗੈ ਕਿਆ ਹੈ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸਵਾਮੀ ਰਹਾਉ ਆਠ ਪੈਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਈਐ ਸਭ ਰੇਣਾ ਜੀਵਤ ਆਇਓ ਮਰੀਐ ਸਫਲ ਜਨਮ ਤਿਸਕਾ ਜਗ ਭੀਤਰ ਸਾਧ ਸੰਗ ਨਾ ਜਾਪੇ
सगल मनोरथ तिसके पूर्ण जिस दया करे प्रभ आपे दीन दयाल कृपाल प्रभ स्वामी तेरी शरण दयाला कर कृपा अपना नाम दीजै नानक सादर वाला दीन दयाल कृपाल प्रभ स्वामी तेरी शरण दयाला कर कृपा अपना नाम दीजै नानक सादर वाला वाहिगुरु जी का खालसा वाहिगुरु जी की फतेह। परम सत्कार योग गुरु प्यारे गुरु सवारे गुरु के साथ जी नवाजी साध संगत जी वट भागे हो जित नाही दिन समुचिया साध संगतां ने सतगुरां दे चरणां विच हाजरियां लवा के गुरबाणी नाल कीर्तन नाल तिन्ने ही दिन दीवाना विच हाजरियां भरियां हन संगतां जुड़ियां हन सतगुरु जी कृपा रहमत करन धन धन श्री गुरु अर्जन देव महाराज सतगुरु जी समुचिया साध संगतां दे सिर ते मेरा भरिया हाथ रखन सतगुरु जी अपने पुरब मनाउण दा इसे तरह संगतां नूं बल बुद्धि समर्था ताकत समा समर्था सतगुरु जी बख्शिश करन। हुण साध संगत जीओ सतगुरां दे पावन सरूप की सुखासन सेवा होर वी उपरंत उपरले हाल विच दीवान सजाए जाणगे जिन्हां विच जो वीकली दीवाना विच कीर्तनी हाजरी भरन वास्ते अपने पास पहुँच रहे हैं। समुचिया साध संगतां विच अपने दे लंगर छक के समुचे दीवाना विच हाजरी भरन की कृपालता करनी है जी। समुचिया साध संगतां बहुत बहुत धन्यवाद। अमृत कड़ाह प्रसाद दीआं देगां उपरंत सारे मिल के आपां उपरले हाल दीवाना विच बैठण की कृपालता करांगे। सारे मिल के गुरबाणी नितनेम नाल जुड़ांगे जी। आओ सारे करो जी कृपा चौपी साहब जी दे जाप करदे हुए पावन स्वरूप की सुखासन सेवा दी साफ संभाल करिए जी। कबो बाच बेनती चौपाई पातशाही दसवें अमरी करो को कर पान मान मूड़ कसके
Thank you.
ਵਾਹਿਗੁਰੂ 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 ਵਾਹਿਗੁਰੂ।